ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਨੂੰ ਖੋਲ੍ਹਣ ਜਾ ਰਿਹਾ, ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਹੋ ਕਿਸ ਤਰੀਕੇ ਨਾਲ ਦੇਖ ਰਹੇ ਹੋ ਅਗਰ ਲਾਂਘਾ ਖੁੱਲ੍ਹਦਾ, ਔਰ ਲੱਗਦਾ ਹੈ ਕਿ ਪਾਕਿਸਤਾਨ ਜਿਹੜੇ ਦਾਅਵੇ ਕਰ ਰਿਹਾ ਲਾਂਘਾ ਖੁੱਲ੍ਹੇਗਾ? ਦੇਖੋ ਮੈਂ ਸਮਝਦਾ ਜਦ ਤੱਕ ਕੋਈ ਚੀਜ਼ ਸਾਡੇ ਹੱਥ 'ਚ ਨਹੀਂ ਆਉਂਦੀ, ਕੋਈ ਚਿੱਠੀ ਸਾਡੇ ਹੱਥ 'ਚ ਨਹੀਂ ਆਉਂਦੀ, ਤਦ ਤੱਕ ਅਸੀਂ ਕਿੱਦਾਂ ਕਹਿ ਸਕਦੇ? ਇਹ ਫੈਸਲਾ ਨਾ ਤਾਂ ਹਿੰਦੁਸਤਾਨ ਦੀ ਸਰਕਾਰ ਇਕੱਲਿਆਂ ਕਰ ਸਕਦੀ ਹੈ, ਨਾ ਪਾਕਿਸਤਾਨ ਦੀ ਸਰਕਾਰ ਕਰ ਸਕਦੀ ਹੈ। ਅਸੀਂ ਇਸ ਲੜਾਈ ਨੂੰ ਬੜੇ ਚਿਰ ਤੋਂ ਲੜਦੇ ਪਏ ਹਾਂ। ਅੱਜ ਤੋਂ 6 ਮਹੀਨੇ ਪਹਿਲੇ ਜਿਹੜੇ ਨਵੇਂ ਅੰਬੈਸਡਰ ਸਾਹਿਬ ਆਏ ਨੇ ਪਾਕਿਸਤਾਨ ਦੇ ਇੱਥੇ ਦਿੱਲੀ ਦੇ ਵਿੱਚ, ਅਸੀਂ ਉਹਨਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵੀ ਮਿਲ ਕੇ ਆਏ ਸੀਗੇ। ਮੈਂ ਸਮਝਦਾ ਵਾਂ ਲਾਂਘਾ ਖੁੱਲ੍ਹਣਾ ਚਾਹੀਦਾ। ਸਰ ਗੁਰਚਰਨ ਸਿੰਘ ਵਰਲਡ ਬੈਂਕ ਦੇ ਵਿੱਚ ਕੰਮ ਕਰਦੇ ਨੇ ਵਾਸ਼ਿੰਗਟਨ, ਉਹ ਇੱਕ ਬਹੁਤ ਲੰਬੇ ਸਮੇਂ ਤੋਂ ਲੜਾਈ ਲੜਦੇ ਪਏ ਨੇ, ਔਰ ਵਰਲਡ ਬੈਂਕ ਤੋਂ ਵੀ ਸ਼ਾਇਦ ਉਹਨਾਂ ਨੇ ਮੈਨੂੰ ਦੱਸਿਆ ਸੀ ਕੋਈ ਨਾ ਕੋਈ ਉਹਨਾਂ ਨੇ ਫੰਡ ਪਾਸ ਕਰਾਇਆ ਕਿ ਜੇ ਲਾਂਘਾ ਖੁੱਲ੍ਹਦਾ ਹੋਵੇ। ਇਹ ਤਕਰੀਬਨ 5 ਤੋਂ 6 ਕਿਲੋਮੀਟਰ ਦਾ ਰਸਤਾ ਹੈਗਾ, ਇਹ ਦੋਵੇਂ ਸਰਕਾਰਾਂ ਦੀ ਸਹਿਮਤੀ ਤੋਂ ਬਗੈਰ ਨਹੀਂ ਖੁੱਲ੍ਹ ਸਕਦਾ। ਇਹਦੇ ਵਿੱਚ ਬਾਰਬਡ ਵਾਇਰ ਲੱਗੇਗੀ, ਕੋਰੀਡੋਰ ਬਣੇਗਾ ਕਿ ਜਿਹੜਾ ਬੰਦਾ ਸਵੇਰੇ ਉੱਥੋਂ ਦੀ ਐਂਟਰੀ ਕਰਾ ਕੇ ਜਾਏ ਸ਼ਾਮੀ ਉੱਥੋਂ ਦੀ ਵਾਪਸ ਆਏਗਾ। ਮੈਂ ਵੈਲਕਮ ਕਰਦਾ ਵਾਂ ਇਹੋ ਜਿਹੀ ਕਿਸੇ ਵੀ ਮੂਵ ਨੂੰ, ਲੇਕਿਨ ਮੈਂ ਸਮਝਦਾ ਵਾਂ ਕਿ ਇਸ ਨੂੰ ਸਿਆਸੀ ਲਾਹਾ ਲੈਣ ਵਾਸਤੇ ਇਹੋ ਜਿਹੀ ਖਬਰਾਂ ਨਾ ਚਲਾਈਆਂ ਜਾਣ ਜਦ ਤੱਕ ਕੋਈ ਚੀਜ਼ ਅਥੈਂਟੀਕੇਟਡ ਸਾਹਮਣੇ ਨਹੀਂ ਆਉਂਦੀ, ਕਿਉਂਕਿ ਗਵਰਨਮੈਂਟ ਆਫ ਇੰਡੀਆ ਔਰ ਪਾਕਿਸਤਾਨ ਦਾ ਇਹਦੇ ਵਿੱਚ ਆਪਸ 'ਚ ਦੋਵਾਂ ਪਾਰਟੀਆਂ ਦਾ ਐਗਰੀਮੈਂਟ ਹੋਏਗਾ। ਹਰੇਕ ਸਿੱਖ ਰੋਜ਼ ਅਰਦਾਸ ਕਰਦਾ ਕਿ ਜਿਹੜੇ ਗੁਰਦੁਆਰੇ ਗੁਰਧਾਮ ਪੰਥ ਤੋਂ ਵਿਛੋੜੇ ਗਏ ਹਨ ਉਹਨਾਂ ਦੇ ਦਰਸ਼ਨ ਦੀਦਾਰੇ ਬਖਸ਼ੋ। ਕਰਤਾਰਪੁਰ ਐਸਾ ਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਅਖੀਰਲੇ 20-22 ਸਾਲ ਖੁਦ ਖੇਤੀ ਕੀਤੀ, ਔਰ ਇੱਥੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਕਰਨ ਦਾ ਮੈਸੇਜ ਕੌਮ ਨੂੰ ਦਿੱਤਾ। ਕਰਤਾਰਪੁਰ ਸਾਹਿਬ ਇੱਕ ਐਸਾ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੀ ਮਜ਼ਾਰ, ਜਿਹੜੇ ਮੁਸਲਮਾਨ ਉਹਨਾਂ ਨੂੰ ਮੰਨਦੇ ਸੀਗੇ, ਇੱਕ ਜਗ੍ਹਾ ਉਸੇ ਜਗ੍ਹਾ ਮਜ਼ਾਰ ਬਣੀ, ਉਸੇ ਜਗ੍ਹਾ ਸੰਸਕਾਰ ਹੋਇਆ ਜਿੱਥੇ ਸੰਸਕਾਰ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ, ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਮੈਂ ਸਮਝਦਾ ਇੱਕ ਸਾਂਝੀਵਾਲਤਾ ਦਾ ਪ੍ਰਤੀਕ ਹੈ, ਇੱਕ ਫਲਸਫੇ ਦਾ ਪ੍ਰਤੀਕ ਹੈ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਨਾਮ ਜਪੋ ਵੰਡ ਛਕੋ ਕਿਰਤ ਕਰਨ ਦਾ ਦਿੱਤਾ। ਮੈਂ ਸਮਝਦਾ ਇਹ ਲਾਂਘਾ ਖੁੱਲ੍ਹਣਾ ਚਾਹੀਦਾ, ਔਰ ਮੈਂ ਹਮੇਸ਼ਾ ਇਹਦੇ ਵਾਸਤੇ ਤਤਪਰ ਹਾਂ। ਸਰ ਪਾਕਿਸਤਾਨ ਵੱਲੋਂ ਇੱਕ ਆਵਾਜ਼ ਆਉਣ ਲੱਗ ਪਈ ਕਿ ਪਾਕਿਸਤਾਨ ਗਵਰਨਮੈਂਟ ਨੇ ਖੋਲ ਦਿੱਤਾ ਹੈ, ਹੁਣ ਭਾਰਤ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਵੀ ਇਸ ਵੱਲੋਂ ਮਨਜ਼ੂਰੀ ਦੇਵੇ। ਤੁਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਣ ਦੇ ਨਾਤੇ ਭਾਰਤ ਸਰਕਾਰ ਨਾਲ ਗੱਲਬਾਤ ਕਰੋਗੇ ਕਿ ਜਲਦ ਤੋਂ ਜਲਦ ਇੱਧਰੋਂ ਵੀ ਗੱਲ ਕੀਤੀ ਜਾਵੇ, ਦੋਵਾਂ ਪਾਸੋਂ ਖੋਲ੍ਹੇ ਜਾਣ? ਮੈਂ ਸਮਝਦਾ ਕਿ ਸਰ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਡੈਲੀਗੇਸ਼ਨ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਮਹੀਨਾ ਪਹਿਲੇ, ਜਿਹਦੇ 'ਚ ਮੈਂਬਰ ਪਾਰਲੀਮੈਂਟ ਵੀ ਸੀ, SGPC ਦੇ ਪ੍ਰੈਜ਼ੀਡੈਂਟ ਵੀ ਸੀ, ਮੈਂ ਵੀ ਸੀਗਾ, ਉਹਦੇ ਵਿੱਚ ਵੀ ਇਹ ਇਸ਼ੂ ਸੀਗਾ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਚਾਹੀਦਾ। ਔਰ ਮੋਦੀ ਸਾਹਿਬ ਦੇ ਲੈਵਲ 'ਤੇ ਅਸੀਂ ਆਪਣੀ ਇਹ ਡਿਮਾਂਡ ਜਿਹੜੀ ਹੈ ਇਹ ਰੱਖੀ ਹੋਈ ਹੈ। ਮੈਂ ਸਮਝਦਾ ਕਿ ਪਾਕਿਸਤਾਨ ਨੇ ਜੋ ਕਿਹਾ ਉਹਦਾ ਕੋਈ ਨਾ ਕੋਈ ਕਾਗਜ਼ੀ ਪਰੂਫ ਸਾਡੇ ਕੋਲ ਆ ਜਾਵੇ, ਅਤੇ ਅਸੀਂ ਵਾਪਸ ਆਪਣੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਵਾਂਗੇ ਕਿ ਇਹ ਕੰਮ ਹੋਣਾ ਚਾਹੀਦਾ। ਸ਼ੇਖ ਆਪਦਾ ਅਤੇ ਜਥੇਦਾਰ ਸਾਹਿਬ ਅੱਜ ਦਿੱਲੀ ਆਏ ਹੋਏ ਨੇ, ਤੁਹਾਡੇ ਨਾਲ ਮੁਲਾਕਾਤ ਹੋਈ ਹੈ, ਕੀ ਗੱਲਬਾਤ ਹੋਈ ਹੈ? ਲਗਾਤਾਰ ਵਿਵਾਦ ਵੀ ਉਹਨਾਂ ਦੇ ਨਾਲ ਪਿਛਲੇ ਦਿਨਾਂ 'ਚ ਜੁੜਿਆ ਹੋਇਆ ਨਜ਼ਰ ਆਇਆ। ਦੇਖੋ ਅੱਜ ਹਰੇਕ ਜਗ੍ਹਾ 'ਤੇ ਕੋਈ ਨਾ ਕੋਈ ਵਿਵਾਦ ਹੈਗਾ, ਉਹ ਵਿਵਾਦ ਦਾ ਜੜ ਕੀ ਆ ਉਹ ਦੇਖਣ ਦੀ ਲੋੜ ਹੈ। ਜਥੇਦਾਰ ਅਕਾਲ ਤਖਤ ਸਾਹਿਬ ਅੱਜ ਦਿੱਲੀ ਆਏ ਨੇ, ਵਿਦੇਸ਼ ਦੇ ਦੌਰੇ 'ਤੇ ਗਏ ਸੀ ਔਰ ਕੈਨੇਡਾ ਦੇ ਦੌਰੇ ਤੋਂ ਵਾਪਸ ਆਏ ਨੇ, ਅਤੇ ਮੈਨੂੰ ਕਿਉਂਕਿ ਉਹਨਾਂ ਦੀ ਫਲਾਈਟ ਸੀਗੀ ਅੱਜ ਦਿੱਲੀ ਨੇ, ਅਤੇ ਮੇਰੇ ਨਾਲ ਉਹਨਾਂ ਨੇ ਵੈਸੀ ਮੁਲਾਕਾਤ ਕੀਤੀ ਹੈ, ਲੇਕਿਨ ਇਸ ਮੁਲਾਕਾਤ ਦੇ ਵਿੱਚ ਕੋਈ ਹੋਰ ਇਸ਼ੂ ਨਹੀਂ ਸੀਗਾ। 5.5 ਸਾਲਾਂ ਬਾਰੇ ਜੋ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ, ਮੈਂ ਉਹਨਾਂ ਦੀ ਨਜ਼ਰ ਕੀਤੇ ਨੇ ਕਿ ਅਸੀਂ ਇਹ ਕਰਨ ਜਾ ਰਹੇ ਹਾਂ, ਅਤੇ ਉਹ ਉਹਨਾਂ ਨੇ ਇਹ ਆਖਿਆ ਕਿ ਇਹ ਸਾਰੇ ਜਿੰਨੇ ਵੀ ਵਿਵਾਦ ਹੋ ਰਹੇ ਨੇ ਇਹਨਾਂ 'ਤੇ ਵਿਵਾਦਾਂ ਤੋਂ ਉੱਤੇ ਉੱਠ ਕੇ ਸਾਰੀ ਕੌਮ ਨੂੰ ਰਲ ਕੇ ਮਨਾਉਣਾ ਚਾਹੀਦਾ। ਸੋ ਇਹ ਸਾਡੀ ਅੱਜ ਡਿਸਕਸ਼ਨ ਹੋਈ।